ਆ ਬਗਦਾਦ ਦੇ ਨਵਾਬ ਨੇ ਗੁਰੂ ਨਾਨਕ ਜੀ ਨੂੰ ਤਿੰਨ ਸਵਾਲ ਕੀਤੇ ਸੀ, ਕਹਿੰਦੇ ਮੈਨੂੰ 17 ਸਾਲ ਹੋ ਗਏ ਜਵਾਬ ਨਹੀਂ ਮਿਲਿਆ, ਇਹ ਦਿਓ ਤੇ ਮੈਂ ਤਾਂ ਫਿਰ ਤਸੱਲੀ ਮੇਰੀ। ਰਸਨਾ ਨਾਲ ਜਵਾਬ ਦਈਏ ਜਾਂ ਕਿਰਿਆ ਨਾਲ? ਕਿਰਿਆ ਨਾਲ। ਮਹਾਰਾਜ ਕਹਿੰਦੇ ਗਿਣਤੀ ਆਉਂਦੀ ਊ? ਕਹਿੰਦਾ ਆਉਂਦੀ ਸੁਣਾ। ਕਹਿੰਦਾ 1, 2, 3, 4 ਸਤਿਗੁਰੂ ਨੇ ਹੱਥ ਕੀਤਾ। ਗਲਤ ਬੋਲ ਰਹੇ। ਕਹਿੰਦੇ 4 ਤੱਕ ਮੈਂ ਕੀ ਭੁੱਲਿਆ ਵਾਂ? ਫਿਰ ਸ਼ੁਰੂ ਕਰਦਾ 1, 2, 3। ਮਹਾਰਾਜ ਕਹਿੰਦੇ ਨਹੀਂ ਗਲਤ ਬੋਲ ਰਹੇ, ਫਿਰ ਸੁਣਾ। ਕੀਜੀ ਵਾਰੀ 1 'ਤੇ ਹੀ ਆਇਆ ਮਹਾਰਾਜ ਕਹਿੰਦੇ ਗਲਤ। ਕਹਿੰਦਾ ਜੀ 1 ਵਿੱਚ ਮੈਂ ਕੀ ਗਲਤੀ ਕਰਾਂਗਾ ਜੇ ਸ਼ੁਰੂ ਕੀਤੀ ਗਿਣਤੀ? ਸਤਿਗੁਰੂ ਕਹਿੰਦੇ 1 ਤੋਂ ਪਹਿਲੇ ਗਿਣਤੀ ਸੁਣਾ। ਅਤੇ ਕਹਿੰਦਾ ਜੀ 1 ਤੋਂ ਪਹਿਲੇ ਤਾਂ ਗਿਣਤੀ ਹੈ ਹੀ ਕੋਈ ਨਹੀਂ, ਸ਼ੁਰੂ ਹੀ 1 ਤੋਂ। ਮਹਾਰਾਜ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਤੂੰ ਕਹਿੰਦਾ ਰੱਬ ਤੋਂ ਪਹਿਲੇ ਕੀ? ਰੱਬ ਤੋਂ ਪਹਿਲੇ ਕੁਝ ਵੀ ਨਹੀਂ, ਖੁਦ ਆਪ ਹੀ ਸ਼ੁਰੂ ਤੋਂ ਰੱਬ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਲੀ ਹੋ ਗਈ। ਇੱਕ ਕਿਰਿਆ ਨਾਲ, ਇੱਕ ਹੁੰਦਾ ਮੂੰਹ ਨਾਲ ਜਵਾਬ, ਇੱਕ ਹੁੰਦੀ ਇੰਝ ਕਿਰਿਆ ਨਾਲ। ਦੂਜਾ ਸਵਾਲ ਸੀ ਰੱਬ ਰਹਿੰਦਾ ਕਿੱਥੇ ਹੈ, ਉਹ ਵੀ ਕਿਰਿਆ ਨਾਲ ਜਵਾਬ ਦਿੱਤਾ। ਗੱਡਵੀ ਮੰਗਾਈ ਦੁੱਧ ਦੀ। ਸਤਿਗੁਰੂ ਕਹਿੰਦੇ ਨਵਾਬ ਉਂਗਲ ਪਾ ਪਾਈ, ਉਂਗਲ ਬਾਹਰ ਕੱਢ, ਕੱਢੀ। ਗੜਵੀ 'ਚ ਕੀ ਹੈ? ਦੁੱਧ। ਤੇਰੀ ਉਂਗਲ ਨੂੰ ਕੀ ਲੱਗਾ ਜੀ? ਦੁੱਧ। ਮਹਾਰਾਜ ਕਹਿੰਦੇ ਨਹੀਂ ਤੂੰ ਗਲਤ ਕਹਿ ਰਿਹਾ। ਮਹਾਰਾਜ ਗੜਵੀ 'ਚ ਵੀ ਦੁੱਧ ਹੈ, ਮੇਰੀ ਉਂਗਲ ਨੂੰ ਵੀ ਦੁੱਧ ਲੱਗਾ। ਮਹਾਰਾਜ ਕਹਿੰਦੇ ਨਹੀਂ, ਇਸੇ ਦੁੱਧ ਦੇ ਵਿੱਚ ਘਿਓ ਛੁਪਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਨਜ਼ਰ ਦੁੱਧ ਹੀ ਆ ਰਿਹਾ, ਪਰ ਵਿੱਚ ਘਿਓ ਹੈਗਾ, ਦੁੱਧ 'ਚੋਂ ਨਿਕਲਦਾ। ਤੂੰ ਕਹਿੰਦਾ ਨਿਰੰਕਾਰ ਰਹਿੰਦਾ ਕਿਵੇਂ ਦੁੱਧ ਵਿੱਚ ਜਿਵੇਂ ਘਿਓ ਛੁਪਿਆ, ਇਸ ਤਰ੍ਹਾਂ ਘੱਟ ਘੱਟ ਵਿੱਚ ਨਿਰੰਕਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਗਲ ਬਨਸਪਤ ਮੈਂ ਬਿਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਕੱਟ ਕੱਟ ਮਾਧੋ ਜੀ। ਇਹ ਕਿਤੇ ਭਾਈ ਘਨੱਈਏ ਦੀ ਅਵਸਥਾ ਬਣੇ, ਫਿਰ ਸਭ ਮੈਂ ਜੋਤ ਜੋਤ ਹੈ, ਨਜ਼ਰ ਆਉਂਦਾ ਕਿਸੇ ਜਾ ਕੇ। ਉਹ ਜਿਹੜੀ ਤੀਜੀ ਗੱਲ ਸੀ ਨਾ, ਉਹਦੇ ਤੋਂ ਆਪਾਂ ਗੱਲ ਕਰ ਰਹੇ ਹਾਂ ਵੀ ਤੀਜੀ ਗੱਲ ਸੀ ਰੱਬ ਕੰਮ ਕੀ ਕਰਦਾ। ਫਿਰ ਮਹਾਰਾਜ ਜੀ ਨੇ ਜਿੱਥੇ ਬੈਠਾ ਸੀ ਕਹਿਣ ਲੱਗੇ ਇੱਥੋਂ ਉੱਠ ਕੇ ਇੱਧਰ ਬਹਿ ਜਾ। ਜਦੋਂ ਉੱਥੇ ਬੈਠਾ ਚੰਦ ਸਕਿੰਟਾਂ ਲਈ ਇਹਦਾ ਸਰੀਰ ਇੰਜ ਹੋ ਗਿਆ ਜਿਵੇਂ ਇੱਕ ਮੰਗਤਾ ਮੰਗਣ ਵਾਲਾ ਘਬਰਾ ਗਿਆ, ਕਰ ਗਿਆ। ਮਹਾਰਾਜ ਨੇ ਕਿਹਾ ਫਿਰ ਉੱਥੇ ਬਹਿ ਜਾ। ਉੱਥੇ ਬੈਠਾ ਫਿਰ ਨਵਾਬ। ਮਹਾਰਾਜ ਇਹ ਕਿਵੇਂ ਹੋ ਗਿਆ ਸੀ? ਸਤਿਗੁਰੂ ਕਹਿੰਦੇ ਤੇਰੇ ਤੀਜੇ ਸਵਾਲ ਦਾ ਜਵਾਬ ਹੈ, ਤੂੰ ਕਹਿੰਦਾ ਰੱਬ ਕੰਮ ਕੀ ਕਰਦਾ? ਐ ਕੰਮ ਕਰਦਾ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਐ ਕੰਮ ਕਰਦਾ ਜੀ। ਐ ਚੰਦ ਤੇ ਸਿਰੇ ਤੇ ਬੰਦਾ ਚੜਿਆ ਹੁੰਦਾ ਤੇ ਉਹ ਚਾਵੇ ਤੇ ਐ ਥੱਲੇ ਡੇਗ ਦਿੰਦਾ। ਬਿਲਕੁਲ ਬੰਦਾ ਕੱਖ ਜੋਗਾ ਨਹੀਂ ਹੁੰਦਾ, ਉਹ ਚਾਵੇ ਤੇ ਉਹਨੂੰ ਐ ਉੱਤੇ ਚੁੱਕ ਦਿੰਦਾ। ਹਰ ਜੀ ਉਹ ਨਿਵਾਣਿਆ ਤੂੰ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ। ਦਾਸ ਨੇ ਤੇ ਆਪਣੀ ਜ਼ਿੰਦਗੀ 'ਚ ਤੱਤ ਕੱਢਿਆ, ਮਾਇਆ ਵੱਲੋਂ ਅੱਤ ਉੱਤੇ ਹੋ ਜਾਓ, ਕੀਰਤਨ ਵੱਲੋਂ ਅੱਤ ਉੱਤੇ ਹੋ ਜਾਓ, ਬੰਦਗੀ ਵੱਲੋਂ ਅੱਤ ਉੱਤੇ ਹੋ ਜਾਓ, ਸੁੰਦਰਤਾ ਵੱਲੋਂ ਕਿਸੇ ਹੋਰ ਗੁਣ ਵੱਲੋਂ
ਅੱਤ ਉੱਤੇ ਹੋ ਜਾਓ ਪਰ ਉਹਦੇ ਕੋਲੋਂ ਡਰ ਕੇ ਰਹੀਏ, ਉਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਲਿਆ ਕੇ ਉਹਨੇ। ਲੂਣੀ ਸਿੱਲ ਚੱਟਣ ਵਾਲੀ ਹੈ ਸਿੱਖੀ, ਸਿੱਖੀ ਇੰਨੀ ਬਰੀਕ ਲੂਣੀ ਸਿੱਲ ਚੱਟਣੀ। ਐਵੇਂ ਨਹੀਂ ਮਹਾਰਾਜ ਨੇ ਕਹਿਤਾ, ਗੁਰਸਿੱਖੀ ਬਰੀਕ ਹੈ, ਖੰਡੇ ਤਾਰ ਗਲੀ ਅੱਤ ਪੀੜੀ, ਉੱਥੇ ਟਿਕੇ ਨਾ ਭੁਣਹਣਾ, ਚੱਲ ਨਾ ਸਕੇ ਉੱਪਰ ਕੀੜੀ। ਇਹ ਬਰੀਕ ਹੈ, ਖੰਨੇ ਉਹ ਤਿੱਖੀ ਵੱਲੋਂ ਨਿੱਕੀ, ਇਹ ਤਾਂ ਮਾਰਗ ਜਾਣ। ਇੱਕ ਦਾਸ ਦਾ ਮਿੱਤਰ ਹੈ ਤੇ ਉਹ ਕਈ ਵਾਰੀ ਵਾਹਿਗੁਰੂ ਜਪਦੇ ਜਪਦੇ ਨਾ ਵਿੱਚ ਸ਼ੁਰੂ ਹੋ ਜਾਂਦਾ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਅੱਠ ਦਸ ਵਾਰੀ ਜਪਦਾ ਫਿਰ ਵਾਹਿਗੁਰੂ ਤੇ ਆ ਜਾਂਦਾ। ਮੈਂ ਕਿਹਾ ਇਹ ਕੀ ਕਰਦਾ? ਕਹਿੰਦਾ ਕਈ ਵਾਰੀ ਕਿਸੇ ਗੁਣ ਦੀ ਅੰਦਰ ਹੋਮੇ ਘੁਲਣ ਲੱਗ ਪੈਂਦੀ ਹੈ, ਕਿਸੇ ਗੁਣ ਦੀ ਨਾ ਅੰਦਰ ਹੋਮੇ ਘੁਲਣ ਲੱਗ ਪੈਂਦੀ ਹੈ, ਤੇ ਉਹ ਹੋਮੇ ਕਿਤੇ ਹੈਵੀ ਨਾ ਹੋ ਜਾਵੇ, ਹੈਵੀ ਨਾ ਹੋ ਜਾਵੇ ਮੈਂ ਕੁਝ, ਉਦੋਂ ਮੈਂ ਕਹਿਣਾ ਸ਼ੁਰੂ ਕਰ ਦੇਣਾ ਤੂੰ ਹੀ ਤੂੰ ਹੀ, ਇਹ ਗੁਣ ਤੇਰਾ ਹੱਕ ਸਤਨਾਮ, ਤੂੰ ਹੀ ਹੈ ਵਾਹਿਗੁਰੂ, ਤੂੰ ਹੀ ਹੈ, ਤੇਰਾ ਗੁਣ ਹੈ। ਕਹਿੰਦਾ ਉਹ ਨੱਪੀ ਜਾਂਦੀ। ਇਹ ਉਹ ਮਾਰਗ ਏ ਜਿਹਦੇ ਵਿੱਚ ਗੁਰੂ ਪਿਆਰਿਓ ਤੂੰ ਹੀ, ਤੂੰ ਹੀ ਲਿਜਾਣ ਵਾਲਾ ਉੱਤੇ, ਤੂੰ ਹੀ ਅੰਮ੍ਰਿਤ ਵੇਲੇ ਠਾਣ ਵਾਲਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਪ੍ਰਾਣ। ਆ ਬਰੀਕ ਹੈ ਇਹ, ਮੈਂ ਤੇਰੇ ਅੰਦਰ ਵੀ ਨਾ ਘੁੱਲੇ, ਆ ਬਰੀਕ ਹੈ, ਹੋਰ ਕੀ ਹੈ। ਗੁਰੂ ਤੈਨੂੰ ਹੋਮੇ ਤੋਂ ਵੀ ਬਚਾਵੇ ਤੇ ਸੂਖਸ਼ਮ ਹੋਮੇ ਤੋਂ ਵੀ ਬਚਾਵੇ। ਆਪਣੀ ਸਿਫਤ ਸੁਣ ਕੇ ਕੋਲ ਨਾ ਰੱਖੇ, ਨਾਲ ਨਾਲ ਹੀ ਗੁਰੂ ਨਾਨਕ ਨੂੰ ਦੇਈ ਜਾਵੇ, ਤੂੰ ਹੀ ਤੂੰ ਹੀ ਤੇਰੀ ਕਿਰਪਾ। ਗੁਰੂ ਮਿਹਰ ਕਰੇ, ਕਿਰਪਾ ਕਰੇ। ਆ ਬਰੀਕ ਹੈ ਬਸ, ਆ ਬਰੀਕ ਹੈ। ਆਪਣੀ ਸੋਸਾਇਟੀ ਦਾ ਇੱਕ ਲੜਕਾ ਹੈ ਤੇ ਇੱਕ ਦਿਨ ਦਾਸ 6 ਵਜੇ ਉਹਦਾ ਬੂਹਾ ਖੜਕਾਇਆ ਤੇ ਸੋਤਾ ਉੱਠਿਆ, ਤੇ ਤੀਜੇ ਦਿਨ ਮੈਨੂੰ ਕਹਿੰਦਾ ਵੀ ਭਾਜੀ ਜਿਹੜਾ ਰਾਤੀ 2 ਵਜੇ ਉੱਠਦਾ ਹੋਵੇ ਬਾਅਦ ਜੇ ਸੌਂ ਜਾਵੇ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ 2 ਵਜੇ ਉੱਠਦਾ, ਗੱਲ ਆਪਣੀ ਕਰੇ। ਮੈਂ ਕਿਹਾ ਜੇ ਕਿੰਨੀ ਥੱਲੇ ਹੈ, ਕਿੰਨੀ ਥੱਲੇ ਦੀ ਖੇਡ, ਕੁਸਚਨ ਇੰਜ ਕਰਦਾ ਵੀ ਦੱਸਣਾ ਤੇ ਆਪਣਾ ਵੀ ਮੈਂ ਜਿਹੜਾ 6 ਵਜੇ ਉੱਠਿਆ ਸੀ, ਮੈਂ ਸੁੱਤਾ ਨਹੀਂ ਸੀ ਉੱਠਿਆ, ਪਹਿਲੇ ਮੈਂ ਇੱਕ ਵਾਰੀ ਉੱਠ ਕੇ ਨਾਮ ਬਾਣੀ ਪੜ੍ਹ ਕੇ ਫਿਰ ਸੌਂ ਗਿਆ ਸੀ। ਇਹ ਬੜਾ ਔਖਾ ਬਚਣਾ ਮੈਂ ਵੇਖਿਆ, ਇਹੀ ਗੁਰਸਿੱਖੀ ਬਰੀਕ, ਇਹੀ ਕੰਨਿਓ ਦੇਖੀ ਵਾਲੋ ਵਧੋ ਵਧੀ ਘੁੱਲਦੀ ਵੀ। ਇਹਨਾਂ ਨੇ ਸਮਝ ਲਿਆ ਮੈਂ 6 ਵਜੇ ਸੁੱਤਾ ਉੱਠਿਆ, ਮੈਂ ਦੱਸਾਂ ਕਿਵੇਂ ਵੀ ਮੈਂ ਤਾਂ 2 ਉੱਠਿਆ ਸੀ, ਇਹ ਦੁਬਾਰਾ ਸੁੱਤਾ ਸੀ 5:30। ਮੈਨੂੰ ਕਹਿੰਦਾ ਪਤਾ ਕਿਵੇਂ ਲੱਗੇ? ਇਸ ਚੀਜ਼ ਦਾ ਪਤਾ ਕਿਵੇਂ ਲੱਗੇ? ਮੈਂ ਕਿਹਾ ਜਿਹੜੀਆਂ ਇਹ ਚੀਜ਼ਾਂ ਅੰਦਰ ਆ ਰਹੀਆਂ ਇਹ ਕਮਾਈ ਡੋਲਦੀਆਂ, ਡੋਲਦੀਆਂ, ਗੁਰੂ ਕਿਰਪਾ ਹੀ ਕਰੇ, ਬਖਸ਼ਿਸ਼ ਕਰੇ।
ਸਿੱਖੀ ਤੇ ਇਹੋ ਜਿਹੀ ਹੈ ਕਿ ਬਰੂਦ ਦੇ ਢੇਰ ਤੇ ਬਹਿ ਕੇ ਇਹਨੂੰ ਚਰਨਾ ਚਰਨਾ। ਆ ਇੱਕ ਸ਼ਹਿਰ ਅਸੀਂ ਗਏ ਤੇ ਉੱਥੇ ਮੈਨੂੰ ਕਹਿਣ ਲੱਗੇ ਜੀ ਸਾਡੀ ਕੁੜੀ ਚੌਂਕੜੀ ਮਾਰਦੀ ਤੇ ਉਹਦੀ ਬਿਰਤੀ ਸੱਚਖੰਡ 'ਚ ਚਲੀ ਜਾਂਦੀ ਹੈ। ਬਹੁਤ ਜ਼ਿਆਦਾ ਕਹਿ ਲਓ ਵੀ ਆਪਣੀ ਜੋ ਕੁਝ ਚੀਜ਼ ਨੂੰ ਪ੍ਰਗਟ। ਦਾਸ ਨੇ ਕਿਹਾ ਸੰਗਤ ਕਰੋ ਕਿਸੇ ਪੂਰਨ ਮਹਾਂਪੁਰਸ਼ ਦੀ, ਤੁਹਾਡੀ ਕਮਾਈ ਪਲ ਪਲ ਡੁੱਲਦੀ ਪਈ ਹੈ, ਡੁੱਲਦੀ ਪਈ ਹੈ। ਇੱਥੇ ਤੇ ਹੈ ਜਿਨ ਹਰ ਪਾਇਓ ਤਿਨੇ ਛੁਪਾਇਓ। ਡਰ ਕੇ ਰਹਿਣਾ, ਨਹੀਂ ਤੇ ਉਹ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਵੇ ਪਰਵਾਹ ਹੈ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਕਿਸੇ ਪੱਖ ਤੋਂ ਵੀ ਉੱਤੇ ਉੱਠ ਜਾਓ। ਆਪਣਾ ਪਹਿਲਾ ਸਮਾਂ ਨਾ ਭੁੱਲੋ, ਉਹ ਨਾ ਭੁੱਲੋ। ਟਾਲੀ ਵਾਲੇ ਚੌਂਕ ਕੱਪੜੇ ਵਾਲਾ, ਉਹਦੀ ਦੁਕਾਨ 'ਤੇ ਅਸੀਂ ਗਏ ਸੀ। ਲੋਕੀ ਮਾਲ ਲਿਖਾ ਦਿੰਦੇ ਆ ਫਲਾਣੀ ਹੱਟੀ 'ਤੇ, ਦਸ ਥਾਨ ਭੇਜ ਦੇਣਾ। ਉਹਨੂੰ ਕਿਸੇ ਨੇ ਲਿਖਾਇਆ ਅਤੇ ਉਹਨੇ ਮੋਢੇ 'ਤੇ ਥਾਨ ਚੁੱਕੇ, ਲਖਾਂ ਪਤੀ ਦੂਜੇ ਦੀ ਦੁਕਾਨ 'ਤੇ ਛੱਡਣ ਚਲਾ ਗਿਆ। ਅਤੇ ਮੈਂ ਕਿਹਾ ਨੌਕਰ ਦੋ ਬੈਠੇ ਤੇਰੇ, ਤੂੰ ਉਹਨਾਂ ਨੂੰ ਭੇਜ, ਆਪ ਚਲਾ ਗਿਆ ਛੱਡਣ। ਕਹਿੰਦਾ ਨੌਕਰ ਬੈਠੇ ਨੇ ਪਰ ਮਹੀਨੇ 'ਚ ਇੱਕ ਦੋ ਵਾਰੀ ਮੈਂ ਜਾਣ ਕੇ ਮੋਢੇ 'ਤੇ ਥਾਨ ਚੁੱਕ ਕੇ ਆਪ ਛੱਡਣ ਜਾਂਦਾ ਵਾਂ ਕਿ ਮੈਨੂੰ ਆਪਣੀ ਗਰੀਬੀ ਨਾ ਭੁੱਲ ਜਾਵੇ ਤੇ ਯਾਦ ਰਵੇ ਸਮਾਂ। ਆਖੋ ਸਤਨਾਮ, ਯਾਦ ਰਵੇ। ਇਹਨੂੰ ਮਾਰਨਾ ਨਾ ਥੋੜ੍ਹਾ ਔਖਾ, ਨਹੀਂ ਤਾਂ ਫਿਰ ਸੰਤ ਅਤਰ ਸਿੰਘ ਜੀ ਦਾ ਬਚਨ ਹੈ, ਕਹਿੰਦੇ ਮਕਈ ਦਾ ਦਾਣਾ ਭੱਠੀ 'ਚ ਭੁੰਨੀ ਹੈ ਨਾ, ਤੇ ਥੋੜ੍ਹਾ ਜਿਹਾ ਵੀ ਕੱਚਾ ਰਹਿ ਜੇ ਇਹਨੂੰ ਫਿਰ ਜ਼ਮੀਨ 'ਚ ਪਾ ਦਿਓ, ਫਿਰ ਫੁੱਟ ਪੈਂਦਾ। ਇਹ ਮਨ ਉਸ ਦਾਣੇ ਵਾਂਗ ਕਿ ਜੇ ਥੋੜ੍ਹਾ ਜਿਹਾ ਵੀ ਰਹਿ ਗਿਆ ਕੱਚਾ, ਪਤਾ ਨਹੀਂ ਕਿਹੜੇ ਲਈ, ਫਿਰ ਇਹਨੇ ਫੁੱਟ ਜਾਣਾ। ਇਹ ਦਾਣਾ ਇੰਨਾ ਕੁ ਭੁੱਜ ਜੇ ਇਹਦਾ ਰੂਪ ਬਦਲ ਜੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਫਿਰ ਜ਼ਮੀਨ 'ਚ ਪਾ ਦਿਓ, ਫਿਰ ਨਹੀਂ ਫੁੱਟ ਸਕਦਾ।